ਦੂਜਾ ਜਿਹੜਾ ਅੱਜ ਪੰਜਾਬ ਦੇ ਅੰਦਰ ਵਾਰ ਵਾਰ ਅਕਾਲੀ ਪਾਰਟੀ ਦੇ ਇੱਕ ਵਿਧਾਨ ਸਭਾ ਦੇ ਅੰਦਰ ਵੀ ਜਿਸ ਤਰ੍ਹਾਂ ਦਾ ਇੱਕ ਪਿਛਲੇ ਪੰਜ ਸੱਤ ਦਿਨਾਂ ਦੇ ਅੰਦਰ ਜੋ ਕੁਛ ਹੋਇਆ ਹੈ ਉਹ ਪੰਜਾਬ ਦੇ ਲੋਕਾਂ ਵਾਸਤੇ ਇੱਕ ਬੜੇ ਚਿੰਤਾ ਦਾ ਵਿਸ਼ਾ ਹੈ। ਤੁਸੀਂ ਯਾਦ ਕਰੋ ਤਿੰਨ ਮਹੀਨੇ ਪਹਿਲਾਂ ਜਦੋਂ ਇਲੈਕਸ਼ਨ ਚੱਲ ਰਹੇ ਸੀਗੇ ਉਦੋਂ ਦੋਨੋਂ ਪਾਰਟੀਜ਼ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾ ਰਹੀ ਸੀ। ਅਕਾਲੀ ਪਾਰਟੀ ਕਹਿ ਰਹੀ ਸੀ ਵੀ ਆਹ ਜਿਹੜੀ ਹੈ ਆਮ ਆਦਮੀ ਪਾਰਟੀ ਇਜ਼ ਅ ਪਾਰਟੀ ਆਫ ਰੈਡੀਕਲਸ ਟੈਰਰਿਸਟ ਦੀ ਇਹਨਾਂ ਨੂੰ ਸਪੋਰਟ ਹੈ ਤੇ ਆਮ ਆਦਮੀ ਪਾਰਟੀ ਦੇ ਸਾਰੇ ਕੈਂਡੀਡੇਟਸ ਨੇ ਉਹ ਪੋਸਟਰਸ ਲਵਾਏ ਸੀ ਵੀ ਮੈਂ ਇੱਕ ਵਾਰ ਨਹੀਂ ਸੌ ਵਾਰ ਕਹੂੰਗਾ ਕਿ ਵਿਕਰਮ ਮਜੀਠੀਆ ਨਸ਼ੇ ਕੇ ਸੌਦਾਗਰ ਹੈ, ਅੱਜ ਉਹ ਚਿੱਟੇ ਦੇ ਸੌਦਾਗਰ। सलामत जी ते अज दा आ सारा इकट्ठ काम दा श्रेय तुहानू दवां या पाड़ा साहब नूं दिया मैं, पर दोनों इको ही रूप हो। पाड़ा साहब ने मैंबर साहिबां ते जे जिन्हां करके अज